ਠੀਕ ਹੈ ਅੱਛਾ ਜੀ ਡਰਾਈਵਰ ਠੀਕ ਹੈ ਠੀਕ ਹੈ ਜੀ ਬਿਆਨ ਦਿੱਤੇ ਕਹਿੰਦੇ ਬੰਦਾ ਤਕਸੀਰ ਚੱਲਦੀ ਵੀ ਇਹਨੇ ਤਕਸੀਰ ਚੱਲਦੀ ਵੀ ਕਹਿੰਦਾ ਗੱਡੀ ਚ ਬਿਠਾਉਣ ਲੱਗੇ ਮੇਰਾ ਭਰਾ ਚੱਲਾ ਸੀ ਰੋਟੀ ਦੇਣ ਚੱਲਾ ਸੀ ਚਾਚਾ ਜੀ ਨੂੰ ਆਪਣੇ ਦਰਗਾਹ ਵੱਲ ਅਤੇ ਜਗਦਮ ਪਤਾ ਨਹੀਂ ਕੀ ਹੋਇਆ ਐਕਸੀਡੈਂਟ ਹੋਇਆ ਟਰੱਕ ਵਾਲੇ ਨੇ ਗੱਡੀ ਚੜਾ ਦਿੱਤੀ ਡਾਇਰੈਕਟ ਉਹਦੇ ਉੱਤੇ ਅਤੇ ਮੌਕੇ 'ਤੇ ਮੈਂ ਸੀਗਾ ਨਹੀਂ ਅਤੇ ਮਾਤਾ ਕਹਿੰਦੇ ਪਏ ਸੀਗੇ ਹਾਲੇ ਤੱਕ ਮੁੰਡਾ ਆਇਆ ਕਿ ਉਹਨੇ ਜਾ ਕੇ ਚੈੱਕ ਕਰਕੇ ਆ ਫੋਨ ਵੀ ਨਹੀਂ ਚੱਕਦਾ ਪਿਆ ਹੈਗਾ ਅਤੇ ਜਦੋਂ ਫੋਨ ਫਾਨ ਕੀਤਾ ਦੋ ਵਾਰੀ ਬਿਜ਼ੀ ਆ ਤੀਜੀ ਵਾਰੀ ਫੋਨ ਕੀਤਾ ਅਤੇ ਕਿਸੇ ਭਾਈ ਨੇ ਫੋਨ ਚੱਕਿਆ ਸੀਗਾ ਅਤੇ ਉਹਨਾਂ ਨੇ ਦੱਸਿਆ ਕਿ ਇਹ ਤੁਸੀਂ ਉਹਦੇ ਭਰਾ ਬੋਲਦੇ ਮੈਂ ਕਿਹਾ ਹਾਂਜੀ ਭਰਾ ਬੋਲ ਦੇਵੇ ਅਤੇ ਉਹਨਾਂ ਦਾ ਕਹਿੰਦੇ ਫਟਾਫਟ ਆਇਓ ਚੁੰਗੀ ਦੇ ਕੋਲ ਤੁਹਾਡੇ ਭਰਾ ਦਾ ਐਕਸੀਡੈਂਟ ਹੋਇਆ ਹੈਗਾ ਅਤੇ ਤਾਂ ਜਾ ਕੇ ਭਾਈ ਆ ਕੇ ਦੇਖਿਆ ਤਾਂ ਮੌਕੇ ਡੈੱਡ ਬੋਡੀ ਸੀ ਨਾ ਕੀ ਸੀ ਭਾਜੀ ਬੱਚੇ ਰੋਨੀ ਨਾਮ ਆ ਭਾਈ ਕਿੱਥੇ ਰਹਿਣ ਵਾਲੇ ਸੀ ਬਸਤੀ ਸੀ ਲੰਗਰ ਅਤੇ ਸਕੂਲੇ ਕਿਹੜੇ ਪੜ੍ਹਦਾ ਸੀ ਇਹ ਸਨਾਤਨ ਧਰਮ ਦੇਵੀ ਸਾਹਿਬ ਪੜ੍ਹਦਾ ਸੀਗਾ ਦੇਵੀ ਸਾਹਿਬ ਹਾਂਜੀ ਠੀਕ ਮਤਲਬ ਕਿ ਪੈਦਲ ਜਾ ਰਹੇ ਸੀਗੇ ਨਹੀਂ ਸਰ ਐਕਟਿਵਾ 'ਤੇ ਜਾ ਰਹੇ ਸੀਗੇ ਐਕਟਿਵਾ 'ਤੇ ਜਾ ਰਹੇ ਸੀ ਕਿੰਨੇ ਵਜੇ ਸਮਾਂ ਜੀ ਇਹ 6:30 ਸਾਢੇ ਛੇ ਕੀ ਨਾਮ ਆਪਣਾ ਤੁਹਾਡਾ ਨਾਮ ਕੀ ਹੈ ਕਿੱਥੇ ਰਹਿਣ ਵਾਲੇ ਅਤੇ ਕੀ ਕਾਰਨ ਕੀ ਸੀ ਮੈਂ ਵੀ ਗੱਡੀ ਚਲਾਉਂਦਾ ਆਟੋ ਅਤੇ ਕੀ ਟਰੱਕ ਸੀ ਜਾਂ ਕੀ ਸੀ ਟਰੱਕ ਜੀ ਕਿੱਧਰੋਂ ਆ ਰਿਹਾ ਸੀ ਅਤੇ ਬੱਚਾ ਕਿੱਧਰ ਜਾ ਰਿਹਾ ਰੋਟੀ ਦੇਣ ਆ ਰਿਹਾ ਸੀਗਾ ਅਤੇ ਰੋਟੀ ਦੇਣ ਦੇ ਚੱਕਰ 'ਚ ਜਾ ਰਹੇ ਸਵੇਰੇ 7 ਵਜੇ ਦਾ ਟਾਈਮ ਸੀਗਾ ਇਹ ਹੁਣ ਰੱਬ ਜਾਣਦਾ ਹੈ ਹੋਰਨ ਵੱਜਾ ਜਾਂ ਕੀ ਹੋਇਆ ਕੀ ਬੱਚਾ ਟਰੱਕ ਵਾਲੇ ਨੂੰ ਪਤਾ ਹੈ ਭਾਈ ਟਰੱਕ ਫਾਸਟ ਆ ਰਿਹਾ ਇੱਕ ਛੋਟਾ ਜਿਹਾ ਟਰੱਕ ਵਾਲੇ ਨੂੰ ਪਹਿਲੀ ਗੱਲ ਟਰੱਕ ਵਾਲੇ ਨੂੰ ਭੱਜਣਾ ਹੀ ਨਹੀਂ ਚਾਹੀਦਾ ਸੀ ਭਾਈ ਉਹ ਸਹੀ ਹੁੰਦਾ ਸਹੀ ਹੁੰਦਾ ਉਹਨੂੰ ਭੱਜਣਾ ਨਹੀਂ ਚਾਹੀਦਾ ਉਹਨੂੰ ਭੱਜਣਾ ਨਹੀਂ ਚਾਹੀਦਾ ਕੈਮਰੇ ਵਗੈਰਾ ਲੱਗੇ ਉੱਥੇ ਭਾਈ ਇੱਥੇ ਲੱਗੇ ਆ ਕੈਮਰੇ ਨਹੀਂ ਲੱਗੇ ਆ ਕੈਮਰੇ ਕਾਰੇ ਨਹੀਂ ਆ ਗਿਆ ਨਾ ਸਰਕਾਰੀ ਕੈਮਰਾ ਲੱਗਾ ਇੱਥੇ ਕੋਈ ਇੱਥੇ ਪਹਿਲੀ ਗੱਲ ਤੇ ਭਾਜੀ ਬਾਈ ਰੋਡ ਦੇ ਬਾੜ ਦਾਦਾ ਹੀ ਭਾਈ ਬਹੁਤ ਹੋਈ ਆ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਬਾੜ ਹੈ ਭਾਈ ਕੋਨੇ ਸਾਹਿਬ 1.5 ਘੰਟੇ ਬਾਅਦ ਫੋਨ ਸਹੀ ਆ ਗਿਆ ਹਾਂਜੀ ਕੈਮਰੇ ਉਧਰ ਲੱਗੇ ਸਾਹਮਣੇ 1.5-2 ਘੰਟੇ ਬਾਅਦ ਫੋਨ ਸਹੀ ਆ ਗਿਆ ਕੈਮਰੇ ਉੱਥੇ ਬਸ ਆਪਾਂ ਟਰੱਕ ਆ ਗਿਆ ਇਧਰੋਂ ਵੱਡੀ ਗੱਡੀ ਆਉਣੀ ਨਹੀਂ ਚਾਹੀਦੀ ਟਰੱਕ ਆ ਗਿਆ ਟਰੱਕ ਆ ਗਿਆ ਨੋ ਐਂਟਰੀ ਨੋ ਐਂਟਰੀ ਨੋ ਐਂਟਰੀ